हो गुजरा थोड़े बहुते तुरे फिरे हैं ना, फिर कितने चंगा लगा ही ਉੱਥੇ ਤੇ तन। ਸਾਰਾ ਤੁਰ ਲਿਆ ਨਾ ਤੂੰ ਵਿਆਜ ਕਿੱਥੋਂ ਤੁਰੀ? ਮੈਂ ਤੇ ਕੰਟੀ ਲਾਗੇ ਬਹਿ ਤੂੰ ਗਈ ਉਹਦੇ ਕੋਲ ਚੀਜ਼ ਨਹੀਂ ਛੱਡੀ ਹੋਣੀ ਜਿਹੜੀ ਤੂੰ ਨਹੀਂ ਖਾਧੀ। ਭਾਈ ਦੇ ਉਹਦਾ ਵੇਟਰ ਤੇ ਉੱਥੇ ਆਏਗਾ ਕਹਿੰਦੇ ਫੜਾਈ ਜਾਣ, ਪਰ ਪਤਾ ਕੀ ਹੋਇਆ, ਖਾਦਾ ਕੱਖ ਨਹੀਂ। ਕਿਉਂ ਇੱਕ ਮੈਂ ਨਾ ਆਂਟੀ ਲਾਗੇ ਬਹਿ ਗਈ, ਹਰਪ੍ਰੀਤ ਦੀ ਚਾਚੀ ਨਾ, ਕੌਣ? ਜਿਹੜੀ ਹਰਪ੍ਰੀਤ ਦੀ ਜਿਹੜੀ ਮੇਰੀ ਸਹੇਲੀ ਆ, ਠੀਕ ਠੀਕ ਆ। ਉਹਦੀ ਚਾਚੀ ਪਹਿਲਾਂ ਬੈਠੀ ਬੜੀਆਂ ਗੱਲਾਂ ਗੁੱਲਾਂ ਮਾਰੀਆਂ, ਮੈਂ ਵੀ ਬੜੀਆਂ ਕੀਤੀਆਂ, ਕਹਿੰਦੀ ਕਿੱਦਾਂ ਮੰਗੀ ਗਈ ਆ, ਨਹੀਂ ਮੰਗੀ ਗਈ। ਮੈਂ ਫਿਰ ਇਦਾਂ ਰਿਸਪੌਂਸ ਜਾ ਨਹੀਂ ਦਿੱਤਾ, ਮੈਨੂੰ ਐਵੇਂ ਮਨਜੋਤ ਦੀ ਉੱਥੇ ਫਿਰ ਜਦੋਂ ਦਿਮਾਗ ਚ ਆ ਗਈ ਹੁੰਦੀ ਨਾ, ਮੈਂ ਕਿਤੇ ਲੋਕੀ ਨਹੀਂ ਛੱਡਦੇ ਹਨਾ, ਠੀਕ ਉਹੀ ਆ। ਗੱਲ ਉਹਦੀ ਕਰ। ਯਾਦ ਆ ਗਈ ਤੇ ਮੇਰੀ ਨਹੀਂ ਆਈ ਕਿ ਮੇਰਾ ਭਰਾ ਵੀ ਚੱਲ ਜਾਂਦਾ। ਚੱਲ ਉਹਨੇ ਵੀ ਕੋਈ ਖਾ ਪੀ ਲੈਣਾ ਸੀ, ਘਰੇ ਮੈਂ ਦਾਲ ਨਾਲ ਰੋਟੀਆਂ ਖਾਣ ਡਿਆ ਇੱਥੇ। ਦਾਲ ਨਾ ਖਾਣ ਡਿਆ, ਉੱਥੇ ਵੀ ਮੈਂ ਵੀ ਦਾਲ ਹੀ ਲੱਭ ਕੇ ਖਾਧੀ। ਦਾਲ ਹੋਰ ਉੱਥੇ ਮੇਰਾ ਚੀਜ਼ਾਂ ਦੇ ਵਿੱਚ ਪਨੀਰ ਖਾਈਦਾ ਵਿਆਹ ਚ ਆ ਕੇ। ਆਹੋ, ਮੈਨੂੰ ਨਹੀਂ ਚੰਗਾ ਲੱਗਦਾ ਪਨੀਰ ਪਨੂਰ ਜਾ, ਕਿਉਂ? ਮੈਂ ਦਾਲ ਹੀ ਖਾਂਦੀ ਹੁੰਦੀ ਹਾਂ। ਠੀਕ ਆ, ਦਾਲ ਤੇ ਕੋ ਭਰਵੀਆਂ ਜਿਹੜੀਆਂ ਨੀ ਭਿੰਡੀਆਂ ਤੇ ਠੀਕ। ਇੱਕ ਬਤਾਊ ਭਰਵੇਂ, ਇਹੀ ਕੋ ਖਾਦਾ। ਪਨੀਰ ਪਨੂਰ ਨੀ ਮੇਰਾ ਜੀ ਕੀਤਾ। ਦਾਲ ਤੇ ਚੱਲ ਘਰੇ ਵੀ ਖਾ ਲੈਣੀ, ਪਨੀਰ ਮੇਲੇ ਹੀ ਲਿਆਉਣਾ ਫਿਰ। ਸਹੀ ਗੱਲ, ਮੈਂ ਤੇਰੀ ਲਿਫਾਫਾ ਲੈ ਜਾਣਾ ਹੀ, ਮੈਂ ਪਾਗ ਲੈ ਆਉਣਾ ਹੀ। ਆਹੋ, ਤੇ ਉਹ ਗੱਲ ਤੇ ਸੁਣ ਲੈ, ਉਹ ਹਾਂ ਆਂਟੀ ਪਤਾ ਕੀ ਕਹਿੰਦੀ, ਠੀਕ ਹੈ। ਤੇ ਇਹ ਮਨਪ੍ਰੀਤ ਮੇਰਾ ਨਾ ਭਤੀਜਾ ਵਾ, ਤੇ ਮੇਰਾ ਇਰਾਦਾ ਬਣ ਰਿਹਾ ਵੀ ਤੇਰਾ ਰਿਸ਼ਤਾ ਕਰਾ ਦਾ ਉਹਦੇ ਨਾਲ। ਮੈਂ ਉਹਨੂੰ ਪਤਾ ਕੀ ਕਹਿਤਾ, ਮੈਂ ਹਾਂ ਤਾਂ ਮੰਗੀ ਗਈ ਆ, ਮੇਰੇ ਬਸ ਥੋੜੇ ਦਿਨਾਂ ਤੱਕ ਵਿਆਹ ਵਾ, ਮੈਂ ਠੀਕ ਇੰਨਾ ਹੈ। ਵੀ ਨੀ ਦੱਸਿਆ। ਮੈਂ ਹਾਂ ਬਾਹਰ ਜਾਣਾ ਵਾ, ਫਿਰ ਤੈਨੂੰ ਪਤਾ ਐਵੇਂ ਗੱਲਾਂ ਮੂੰਹ ਦੇ ਅੱਗੇ ਹੁੰਦੀਆਂ ਵਾ ਹਨਾ, ਵੀ ਠੀਕ ਹੈ। ਬਾਹਰ ਜਾਣਾ ਬਾਹਰ ਜਾਣਾ। ਉਹ ਏਜੰਟ ਵੀ ਕਹਿੰਦਾ ਸੀਗਾ ਨਾ ਸਾਰਿਆਂ ਨੂੰ ਦੱਸਿਓ, ਤੇ ਹਾਂਜੀ ਫਿਰ ਮੈਂ ਰਹਿ ਨੀ ਦਿੰਦੀ ਆ ਹਨਾ। ਤੇ ਠੀਕ ਫਿਰ ਹੈ। ਬਾਅਦ ਵਿੱਚ ਮੈਂ ਹਰਪ੍ਰੀਤ ਨੂੰ ਕਿਹਾ, ਮੈਂ ਕਿਹਾ ਤੇਰੀ ਤਾਂ ਚਾਚੀ ਮੇਰੇ ਮਗਰ ਪੈ ਗਈ, ਮੈਂ ਉੱਥੇ ਵਾਵਾ ਉਦਾਂ ਕੁੜੀਆਂ ਚੇਚ ਕਰ ਕਰਕੇ ਵਿਖਾਈ ਦੀਆਂ ਹੀ, ਤੇ ਏਦਾਂ ਵਾਵਾ ਫ੍ਰੀ ਜੀ ਵੇਖਣ ਦੀਆਂ, ਤੇ ਕੁੜੀਆਂ ਵੀ ਬੜੀਆਂ ਸੋਹਣੀਆਂ ਲੱਗੀਆਂ। ਤਿਆਰ ਹੋਏ, ਕਿਸੇ ਨੇ ਵਾਲ ਛੱਡੇ, ਕਿਸੇ ਨੇ ਕੁਛ ਕੀਤਾ, ਗਾਉਣ ਪਾਏ, ਕਿਤੇ ਕੁੜੀਆਂ ਵੀ ਐਵੇਂ ਲੱਗਣ ਜਿੱਦਾਂ ਪਰੀਆਂ ਹੁੰਦੀਆਂ ਵਾ। ਜਾਣਾ ਤੇ ਤੂੰ ਆ ਵੇਖਣ ਹੀਗਾ ਪਨੀਰ, ਹੋਰ ਤੂੰ ਖਾਣਾ ਹੀਗਾ ਇੱਥੇ। ਨਹੀਂ, ਸਗੋਂ ਆਪਾਂ ਮੋਟਰਸਾਈਕਲ ਤੇ ਚੱਲ ਜਾਣੇ ਤੇ ਖਾ ਪੀ ਕੇ ਟਾਈਮ ਨਾਲ ਹੀ ਆ ਜਾਂਦਾ ਸੀ। ਮੈਂ ਗੱਡੀ ਚ ਗਈ, ਮੋਟਰਸਾਈਕਲ ਤੇ ਕਿਤੇ ਟੌਰ ਬਣਦੀ ਆ। ਹੋਰ ਕੋ ਹਾਂ, ਡੈਡੀ ਨੇ ਕਿਹਾ ਬੁਲਟ ਲੈ ਕੇ ਦਿੱਤਾ। ਆਹੋ, ਮੈਂ ਕਹਿਣ ਡਿਆ ਬੁਲਟ ਲੈ ਕੇ ਦੋ, ਲੈ ਕੇ ਨਹੀਂ ਦਿੱਤਾ ਉਹਨੂੰ। ਚਲ ਕੋਈ ਨੀ, ਹੋਰ ਬਸ ਹੋਰ 2 ਸਾਲ ਵਾ, ਤੂੰ ਆਪਣੀ ਪੜ੍ਹਾਈ ਖਤਮ ਕਰ ਤੇ ਜੋ ਮਰਜ਼ੀ ਲੈਂਦਾ ਰਹਿ। ਠੀਕ ਚਲ ਆ ਜਾ, ਘੜੀ ਪਈ ਐ, ਰਾਤ ਹੀ ਪੈ ਗਈ ਐ ਭਰਾਵਾ। ਆਹ ਕਿੰਨੀਆਂ ਆਵਾਜ਼ਾਂ ਮਾਰਤੀਆਂ, ਪਤਾ ਨਹੀਂ ਲੱਗਣ ਡਿਆ ਤੁਹਾਨੂੰ? ਆ ਦੁੱਧ ਗਰਮ ਕਰਕੇ ਲਿਆਂਦਾ, ਪੀ ਲਓ ਹੁਣ। ਉਹ ਮੈਂ ਨਹੀਂ ਪੀਣਾ ਹੁਣ। ਪੀਣਾ ਕਿਉਂ ਨਹੀਂ ਆ? ਆਪੇ ਤੂੰ ਆਖਣ ਦੀ ਥੋੜਾ ਵਾ ਥੋੜਾ, ਮੈਂ ਓਦਾਂ ਆਖਿਆ ਵੀ ਅੱਜ ਮੱਝ ਨੇ ਗਾਈ ਨੇ ਸਾਰਾ ਜਿੱਦਾਂ ਦੁੱਧ ਅਸੀਂ ਰੱਖਦੇ ਆ ਸਾਂਭਦੇ ਆ ਥੋੜਾ ਦਿੱਤਾ ਵਾ, ਮੈਂ ਤੁਹਾਨੂੰ ਪੀਣ ਨੂੰ ਥੋੜਾ ਨਹੀਂ ਆਖਿਆ, ਮਨਪ੍ਰੀਤ ਨੂੰ ਦੇ ਦੇ ਜਾਂ ਉਹਨੂੰ ਗੁਰਜੋਤ ਨੂੰ ਦੇ ਦੇ। ਪਰ ਮੈਂ ਥੋੜਾ ਹੀ ਲਿਆਂਦਾ ਵਾ, ਉਹਨਾਂ ਦਾ ਵੀ ਰੱਖਿਆ ਵਾ, ਮੈਂ ਆਪਣਾ ਵੀ ਰੱਖ ਕੇ ਆਈ ਆ। ਏਦਾਂ ਹਿੜ ਬਸਜੀ ਰਹਿੰਦੀ ਵੀ ਜਿੱਦਾਂ ਕੁਝ ਪੀਤਾ ਨਹੀਂਗਾ, ਤੇ ਪੀਦੀ ਆ ਘੁੜ ਦੁੱਧ ਸਿਦਕਾ ਜਾਂਦਾ ਵਾ। ਫੜੋ ਮੈਂ ਸੁੱਤਾ ਹੋਵੇ ਨਾ ਫਿਰ ਉਹਨੂੰ ਠਾਲ ਲਈਦਾ ਨਹੀਂ ਹੁੰਦਾ, ਮੈਂ ਤੈਨੂੰ ਪਤਾ ਵਾ ਸਵੇਰ ਦਾ ਥੱਕਾ ਵਾ ਤੇ ਤੂੰ ਮੈਨੂੰ ਠਾਲੀ ਜਾਂਦੀ ਆ, ਇਹ ਰਾਤ ਦੇ ਮੈਂ ਪੀ ਲੂੰਗਾ ਆਪੇ, ਰਾਤ ਦੇ ਪੀ ਲੂ ਜਦੋਂ ਮੈਂ ਜਾਗ ਪੂ। ਲੜਾਈ ਕਾਂਡੇ, ਲੜਾਈ ਆ ਕਿ ਨਾਲੇ ਚੀਜ਼ਾਂ ਖਾਣ ਨੂੰ ਦੇਈ ਦੀਆਂ ਤੇ ਨਾਲੇ ਲੜਾਈ, ਆ ਡੋਲਣਾ ਚਾਹੀਦਾ ਨਾਲੇ ਚੀਜ਼ਾਂ ਖਾਣ ਨੂੰ ਫੜਾਉਣੀ ਨਾਲੇ ਲੜਾਈ ਆ। ਚੰਗਾ ਦੀਦੀ ਫਿਰ ਮੈਂ ਚੱਲ ਰਿਹਾ ਸੌਣ ਅੰਦਰ। ਚੱਲ ਸੌ ਜਾ, ਤੇਰਾ ਵੀ ਦੁੱਧ ਰੱਖਿਆ ਹੀ ਪੁੱਤ, ਉੱਥੋਂ ਲੈ ਕੇ ਪੀ ਲੈ, ਗਲਾਸ ਰੱਖਿਆ ਹੀ ਟੱਕਿਆ ਹੀ ਉੱਥੇ, ਆਈ ਉਹ ਲੜਾਈ ਬਸ ਹੋਇਆ ਗਈ। ਕੱਖ ਨਹੀਂ, ਮੈਂ ਦੁੱਧ ਪੀ ਲਓ ਤੇ ਮੈਨੂੰ ਇਹ ਪਹਿਲਾਂ ਤੁਹਾਨੂੰ ਥੋੜਾ ਬਾ, ਤੇ ਹੁਣ ਇਹ ਮੈਂ ਨਹੀਂ ਪੀਣਾ, ਠਾਲਿਆ ਗਿਓ ਮੈਨੂੰ ਸੁੱਤੇ ਨੂੰ। ਨੀਂਦਰਾ ਨਾ ਡੈਡੀ ਮੈਨੂੰ ਰਾਹ ਚ ਆਉਂਦੇ ਵੀ ਕਹੀ ਜਾਣ ਦੇ, ਤੂੰ ਲੇਟ ਬੜੀ ਆਈ, ਲੇਟ ਬੜੀ ਆਈ। ਲੇਟ ਜੋ ਤੇ ਪੁੱਤ, ਮੈਂ ਵੀ ਮੈਂ ਟੈਨਸ਼ਨ ਚ ਸੀ, ਮੈਂ ਆਖਣ ਡਈ ਵੀ ਆ ਅੱਜ ਕੱਲ੍ਹ ਜਿਹੜੇ ਦਿਨ ਵਾ ਨਾ 5 ਵਜੇ ਤੋਂ ਬਾਅਦ 5:30 ਜਦੋਂ ਮਾਸਾ ਵੀ ਹਨੇਰਾ ਹੋਣ ਲੱਗਦਾ ਤੇ ਅੱਖ ਤੇ ਚਮੱਕੇ ਨਾ ਹਨੇਰਾ ਹੋ ਹੀ ਜਾਂਦਾ ਵਾ, ਤੇ ਫਿਰ ਟੈਨਸ਼ਨ ਜੀ ਹੋ ਜਾਂਦੀ। ਚੱਲ ਤੂੰ ਟਾਈਮ ਨਾਲ ਆ ਗਈ ਫਿਰ ਵੀ ਚੰਗਾ ਹੋਇਆ, ਤੇ ਇਹ ਆ ਵੀ ਆ ਨੀਂਦ ਇੰਨੀ ਕਿੱਥੋਂ ਚੜ ਗਈ ਅੱਜ? ਥੱਕ ਗਏ ਆ ਨਾ, ਉਹ ਜਦੋਂ ਜਾਓ ਸੌਂਦਾ ਜਾ ਕੇ ਜਾਓ, ਮੈਨੂੰ ਵੀ ਸੌਣ ਦੋ। ਅਸੀਂ ਐਦਾਂ ਕੋਈ ਗੱਲਾਂ ਕਰਕੇ ਸਵੇਰੇ ਮੁੜ ਕੇ ਸਵਾਤੇ ਉੱਠਦੀਆਂ ਨਹੀਂ ਲੈ, ਤੇ ਸਵੇਰੇ ਕੌਣ ਉੱਠ ਕੇ ਕੰਮ ਕਰਦਾ? ਅਸੀਂ ਕਰਦੇ ਆ। ਉਦੋਂ ਮੈਂ ਗੁਰਦੁਆਰੇ ਵੀ ਆ ਜਾਂਦਾ ਤੇ ਫੇਰ ਕਿਨੇ ਉੱਠ ਕੇ ਤੂੰ ਚਾਹ ਬਣਾਉਣ ਡਈ ਹੁੰਦੀ ਆ, ਜਾ ਸੋ। ਆ ਦੁੱਧ ਲੈ ਲਓ, ਪੀ ਲਓ ਫਿਰ। ਉਹ ਮੈਂ ਪੀ ਲੂੰਗਾ ਯਾਰ, ਜਦੋਂ ਮੈਂ ਤੂੰ ਕਹਿਤਾ ਮੈਂ ਆਪ ਉੱਠ ਕੇ ਪੀ ਲੂੰਗਾ, ਰਹਿਣ ਨਹੀਂ ਰੱਖਿਆ ਨਾ ਰੱਖਦੇ। ਹਾਂ ਉੱਪਰ ਕਰ ਦੀ ਦਵਾਂ, ਪਾਪਾ ਇਹਨਾਂ ਦੇ ਨਾਲ ਨਹੀਂ ਵਾਰਿਆ ਜਾਣਾ, ਚੰਗਾ ਕੰਮ ਕਰੋ ਤਾਂ ਵੀ ਲੜਾਈ। ਮਨੇਰੇ ਤਿਆਰ ਹੋ, ਕੀ ਕਰਵਾ ਰਸੋਈ ਜੀ ਵੜ ਉੜ ਜਾ। ਮੈਂ ਕਿਉਂ ਬੜਾ, ਮੈਂ ਚੱਲੀ ਆ ਪੇਕੇ। ਇੰਨਾ ਤਿਆਰ ਹੋ ਗਈ ਤੇ ਕਿਉਂ ਹੋਵਾਂ ਨਾ ਹੁਣ, ਮੈਂ ਇੱਦਾਂ ਹੀ ਚੱਲ ਜਾ। ਜਿਹੜਾ ਨਹੀਂ ਕੋਈ ਅੱਗ ਜੀ ਵੀ ਲੇਟਿਆ ਵਾ। ਚਲੋ ਵੀ ਨਾਰੀਅਲ ਪਾਣੀ ਪੀਏ, ਠੰਡੇ ਹੋਈਏ, ਬਈਏ ਖੇਤਾਂ ਵਿੱਚ।
ਇੱਥੇ ਦੇ ਲੜਕੇ ਲੋਕੀ ਪੇਕੇ ਮੇਕਅਪ ਕਰਕੇ ਜਾਂਦੇ ਇਹਦੇ, ਹੱਦ ਹੋ ਗਈ ਆ। ਬੰਦਾ ਉੱਦਾਂ ਹੀ ਚੱਲ ਜਾਂਦਾ ਕਿ ਮੈਂ ਲੜਿਆ ਵਾਂ, ਕੀ ਦੱਸੂਗੀ ਕਿ ਮੈਂ ਲੜ ਕੇ ਆਈ, ਉਹਨਾਂ ਕਹਿਣਾ ਇੰਨਾ ਮੇਕਅਪ ਕਰਕੇ। ਲੈ ਆ ਵੀ ਆਪ ਸਾਫ ਕਰਨਾ ਪੈਣਾ, ਬਾਅਦ ਚ ਕਰਦਾ। ਮੈਂ ਵੀ ਨੀ ਰਹਿਣਾ ਇੱਥੇ, ਜਦ ਇੱਥੇ ਕਿਸੇ ਨੂੰ ਮੇਰੀ ਕਦਰ ਹੀ ਨਹੀਂ ਹੋ ਤੇ ਫਿਰ ਇੱਥੇ ਰਹਿ ਕੇ ਕੀ ਕਰਨਾ। ਸਾਰਾ ਟੱਬਰ ਮੇਰੇ ਦੁਆਲੇ ਹੋਇਆ ਰਹਿੰਦਾ, ਇਹ ਵੀ ਹੁਣ ਭਾਬੀ ਪਿੱਛੇ ਲੱਗ ਕੇ ਤੇ ਮੈਨੂੰ ਬੋਲਦੇ ਆ। ਹੈ ਦੱਸ, ਮਾਰਨ ਵਾਲੀ ਕਿਹੜੀ ਗੱਲ ਸੀ ਇਹਦੇ ਵਿੱਚ? ਕੋਈ ਗੱਲ ਨੀ, ਖਾਣ ਭਾਬੀ ਦੀਆਂ ਪੱਕੀਆਂ ਹੁਣ। ਕਿੱਦਾਂ ਧਮਕੀਆਂ ਦੇਣ ਡਈ ਆ, ਪੇਕੇ ਚਲ ਜਾਣਾ ਵਾ, ਚੱਲ ਤੂੰ ਗੁੱਸੇ ਹੋਈ ਆ ਤੇ ਮੂੰਹ ਸ਼ਰੀ ਨਾ ਰੰਗ, ਕਿੱਦਾਂ ਬੁੱਲ ਰੰਗ ਲਏ ਆ, ਕਰੀਮ ਥੱਪ ਲਈ ਮਨੇਰੇ ਹੀ। ਆਹ ਬੰਦਾ ਸ਼ਰਮ ਕਰ ਲੈ, ਚੱਲ ਲੜਾਈ ਹੋਈ ਆ ਤੇ ਬੰਦਾ ਮੇਕਅਪ ਹੀ ਨਾ ਕਰੇ, ਮੇਕਅਪ ਵੀ ਕਰਨਾ ਤੇ ਗੁੱਸੇ ਵੀ ਹੋਣਾ, ਧਮਕੀਆਂ ਵੀ ਦੇਣੀਆਂ ਤੇ ਜਾਂਦੀ ਤੇ ਜਾਏ, ਮੇਰੇ ਕੋਲ ਨੀ ਮੁੱਚ ਮੁੱਚ ਹੁੰਦਾ। ਤੂੰ ਇੱਥੇ ਬੈਠਾ ਘਰ ਥਾਇਆ ਨੀਗਾ, ਘਰ ਕੀ ਕਰਾਂ, ਗੋਡੇ ਗੋਡੇ ਤੇ ਕਲੇਸ਼ ਆ ਘਰ, ਤੇ ਕਲੇਸ਼ ਨੂੰ ਜਾਣ ਕੇ ਪਾਉਂਦੇ ਤੇ ਮਾਰਿਆ ਕਿਹੜੀ ਗੱਲ ਹੋਈ ਉਹਨੂੰ ਕੱਲ? ਮੇਰੇ ਕੋਲ ਨੀ ਮੁੱਝ ਮੁੱਝ ਹੁੰਦਾ, ਤੁਸੀਂ ਭਾਬੀ ਭੂਏ ਚਾੜੀ ਆ, ਸੂਤਰ ਕੀਤਾ ਨਾ ਪਹਿਲਾਂ ਜਿੱਦਾਂ ਮੈਂ ਕੀਤਾ, ਹੁਣ ਤੇ ਸਾਰਾ ਕੰਮ ਉਤਰ ਆਉਣਾ ਸੀ। ਆਹ ਸੂਤਰ ਕੀਤਾ ਘਰ ਜਾੜ ਲੈਣਾ ਤੂੰ, ਇੱਦਾਂ ਆ ਉੱਜੜ ਜੇ ਵਸਿਆ ਕਦੋਂ ਸੀ? ਠੀਕ ਆ, ਤੇਰਾ ਵੀ ਸਰ ਗਿਆ ਵਾ। ਨਹੀਂ ਜਿਹੜੇ ਘਰ ਚ ਚੌਵੀ ਘੰਟੇ ਲੜਾਈ ਤੇ ਬੰਦਾ ਘਰ ਨਾ ਜਾਏ ਤੇ ਜਾਏ ਕਿੱਥੇ ਫਿਰ? ਜੇ ਮੈਂ ਇੱਥੇ ਬਹਿ ਗਿਆ ਤਾਂ ਤੂੰ ਕਹਿ ਇੱਥੇ ਬੈਠਾ, ਘਰ ਨੀ ਬੈਠਾ ਜਾਂਦਾ? ਜੇ ਘਰ ਗੋੜੇ ਗੋੜੇ ਸੱਪ ਸੁੱਪ ਲੜਾਏਗਾ ਹੀ, ਉਹ ਕੋਈ ਪਤਾ ਲੱਗਣਾ ਜੀਵ ਜੰਤੂ ਦਾ ਇੱਥੇ? ਜਦੋਂ ਸੱਪ ਸੁੱਪ ਆ ਗਿਆ ਲੜ ਲੁੜ ਜਾਂਦੇ, ਘਰਾਂ ਮੰਜੇ ਦੇ ਲੜ ਜਾਂਦੇ ਆ। ਚਲੋ ਉੱਠ ਚੱਲੀਏ ਘਰ, ਨਾਲੇ ਬੰਬੀ ਚਲਾਇਆ ਦੇ ਵਿੱਚ ਸਾਰਾ ਸਾਂ ਸੁੱਕਾ ਵਾ, ਇਹਨੂੰ ਭਰ ਦੇ ਇੱਕ ਵਾਰੀ। ਕੋਈ ਨੀ ਭਰ ਲੈਂਦਾ, ਇੱਥੇ ਉਹ ਸ਼ਾਂਤੀ ਜੀ ਆ, ਘਰ ਕੀ ਆ, ਘਰ ਕਲੇਸ਼ ਹੀ ਆ, ਘਰ ਮਾਤਾ ਨੇ ਵੇਖੀ ਜਾਣਾ, ਉਹ ਦਬਕੇ ਮਰੀ ਜਾਂਦੀ ਆ। ਮੈਂ ਚੱਲੀ ਆ ਪੇਕੇ ਤੇ ਮੈਂ ਜਾਂਦੀ ਤੇ ਜਾ ਫਿਰ, ਉਹ ਗੱਲ ਫਿਰ ਜ਼ਬਾਨ ਅੰਦਰ ਰੱਖਦੇ, ਨਾ ਪੇਕੇ ਜਾਵੇ ਉਹ ਵੀ ਤੇ ਜਾਏ ਤੇ ਕੀ, ਦਸ ਦਿਨ ਆਊ ਆਪੇ ਆ ਜਾਊਗੀ, ਕੋਈ ਰੱਖਦਾ ਮਾਂ ਪਿਓ ਤੇ ਤਮਾਸ਼ਾ ਹੀ ਲੱਗਣਾ ਫਿਰ। ਤੇ ਕੁੜੀ ਕੇਅਰ ਵੀ ਆਉਂਦੇ ਘਰ ਦੇ? ਓਏ ਉਹ ਤੇ ਗੱਲ ਮੈਨੂੰ ਪਤਾ, ਇੱਕੋ ਵਾਰੀ ਵਿਆਹੀ ਜਾਂਦੀ ਆ, ਪਰ ਤਮਾਸ਼ਾ ਲੱਗਦਾ ਵਾ ਅਗਲਾ ਨਾ, ਪਤਾ ਕੀ ਗੱਲ, ਨਵਾਂ ਸਮਾਂ ਵਿਆਹ ਹੋਇਆ ਤੇ ਰੁੱਸ ਕੇ ਆ ਗਈ ਆ। ਤੇ ਪੜ੍ਹੀ ਲਿਖੀ ਤਾਂ ਅਕਲ ਨੀ ਚਾਹੀਦੀ ਇਹਨੂੰ? ਆਪਣੀ ਤੇ ਤੂੰ ਮੱਤ ਵਿਖਾਲਤੀ, ਉਹਨੂੰ ਰਾਤ ਦੀ ਚਪੇੜ ਮਾਰ ਕੇ ਮਾਈ ਮੇਰਾ ਹੀ ਨਾਂ ਲਾਈ ਜਾਣ ਦੀ, ਸਾਰੇ ਪਵਾੜੇ ਤੇਰੇ ਆ। ਤੁਸੀਂ ਬੜੇ ਚੰਗੇ ਬੈਠੇ ਇੱਥੇ ਰੋਜ਼ ਗਾਰਡਨ ਦੇ ਵਿੱਚ ਮੀਟਿੰਗਾਂ ਕਰਦੇ ਫਿਰਦੇ ਜੇ। ਗੱਲ ਸੁਣ ਲਾ ਮੇਰੇ ਵੀਰ, ਆ ਜਿਹੜੀ ਮੈਂ ਛੱਡੀ ਨਾ, ਆ 5 ਸਾਲ ਪਹਿਲਾਂ ਤੂੰ ਛੱਡੀ ਹੁੰਦੀ ਨਾ, ਆ ਨੌਬਤ ਨਹੀਂ ਆਉਣੀ ਨਾ। ਛੱਡ ਵਿਖਾ ਛੱਡ ਕੇ, ਮੈਂ ਉਹਦੇ ਬੈਗ ਪੈਕ ਆਂਡੀ ਆ ਨਾ, ਮੈਂ ਇੱਥੇ ਉੱਡਦੀ ਜਾਊਗੀ ਜੱਟੀ ਵੇਖਿਓ ਸਹੀ। ਇੱਥੇ ਕਿਦਾਂ ਦੀ ਆ? ਹਾਂ ਮਾਰ ਕੇ ਦਿਖਾਓ, ਹਾਂ ਵੱਜ ਗਈ ਨਾ, ਕਿ ਦੰਦ ਸਾਰੇ ਬਾਹਰ ਆ ਜਾਣੇ, ਤੁਰਦੀ ਹੋ ਅੰਦਰ ਨੂੰ। ਮੈਂ ਇੱਧਰ ਨੂੰ ਜਾਊਂਗੀ, ਹੁਣ ਇੱਧਰ ਨੂੰ ਨਹੀਂ ਜਾਂਦੀ, ਮਾਰ ਕੇ ਤਾਂ ਦਿਖਾਓ ਜੱਟੀ, ਇਹ ਗੱਲ ਦਾ ਮੁੱਲ ਪਾ ਕੇ ਦੱਸੂ ਤੁਹਾਨੂੰ। ਪੱਤਰ ਹੋ ਜਾ ਫਿਰ। ਆਹ ਕਿੱਡਾ ਦੀ ਪਖੰਡ ਫੜਿਆ, ਉਹਦੇ ਸਿਰ ਦੀ ਪਖੰਡ ਕਰਕੇ ਵਿਖਾਲਣ ਡਈ ਆ, ਬੈਗ ਪੈਕ ਕਰਨ ਡਈ ਆਪਣਾ, ਮੈਂ ਕੰਮ ਕਰ ਕਰਕੇ ਮਰ ਗਈ, ਤੁਸੀਂ ਮੈਨੂੰ ਜੀਣ ਨਹੀਂ ਦਿੰਦੇ ਸਾਰਾ ਟੱਬਰ। ਜੇ ਰਹੂਗੀ ਨਾ ਦੋਨੋਂ ਪੈਕੇ ਆਪੇ ਵਾਪਸ ਆਉਣਾ, ਤੇ ਤੇ ਛੱਡੀ ਨਾ ਤੁਸੀਂ, ਤੇ ਉਤਰ ਹੈ ਜਾਣਾ ਕੰਮ। ਕਿੱਦਾਂ ਦੀ ਖਖਰ ਵਾ, ਤੇ ਲਾਉਣੀ ਕਿੱਦਾਂ ਪੈਂਦੀ ਆ, ਜਾਂ ਰੱਬ ਦਾ ਵਾਸਤੇ ਕੰਮ ਕਰ। ਉਹ ਤੇਰੇ ਤੇ ਬਹੁਤ ਲੱਥ ਗਈ ਆ,
ਵੇਖੀ ਸਹੀ ਉਹ ਨਾ ਨਾ ਸਾਰਾ ਟੱਬਰ ਇਕੱਠਾ ਕਰਕੇ ਲਿਆਈ ਤੇ ਤੇਰੇ ਨਾਲ ਨਾ ਪਦ ਕੱਢੇ ਤੇ ਮੇਰਾ ਨਾਮ ਹਟਾ ਦੀ ਆਏ ਹਾਂ ਕਿੱਥੇ ਭੱਜ ਜਾ ਮੈਂ ਐਨੂੰ ਜਾਣਾ ਹੁਣ ਉਹਨੂੰ ਹੀ ਮੈਂ ਜਾਣਾ ਤੇ ਹੋ ਫਿਰ ਕਿੱਡਾ ਤੂੰ ਗੱਲਾਂ ਵਾਲਾਈਆਂ ਆ ਲੈ ਵੇ ਚੱਲ ਗਿਆ ਨਾ ਪੂਛਾ ਲਾ ਕੇ ਲੜਾਈ ਪਾ ਕੇ ਸੁਣਾਉਂਦਾ ਕਿ ਨਹੀਂ ਅਗਲਾ ਮੈਂ ਆ ਗਿਆ ਦੱਸੋ ਮੇਰੇ ਪਿੰਡ ਨੂੰ 125 ਰੁਪਏ ਲੱਗਣੇ ਆ ਕਰਾਇਆ ਤੇ ਮੈਨੂੰ ਫੜਾਓ ਤੇ ਮੈਂ ਜਾਵਾਂ ਲੈ ਭਾਬੀ ਇਹਦੇ ਕੋਲ ਨਹੀਂ ਛੜਨਾ ਸੋਨਾ ਕੱਖ ਵੀ ਨਾ ਤੇਰੇ ਕੋਲ ਵਜਣੀਆਂ ਵੀਰ ਜਾ ਭਾਬੀ ਤੂੰ ਮੈਂ ਤੁਹਾਡੇ ਕੋਲ 1 ਰੁਪਇਆ ਨਹੀਂ ਵੱਧ ਲੈਣਾ ਬੱਲੇ ਉਹ ਤੇਰੇ ਤੂੰ ਤੇ ਆਪਣਾ ਜਾਣ ਨਾਲ ਤੇ ਮੇਰਾ ਵੀ ਜਾਣ ਲੱਗਾ ਹੁਣ ਤੇ ਕੀ ਫਾਇਦਾ ਹਜੇ ਕਰਦਾ ਜੋ ਟੈਂਟਾਂ 24 ਘੰਟੇ ਹੁੰਦੀ ਰਹਿਣੀ ਆ ਉਹ ਬਸ ਤਾਹੀਂ ਨਹੀਂ ਜਾਣਦੇ ਸ਼ਰੀਕ ਸ਼ਰੀਕ ਹੀ ਹੁੰਦਾ ਵਾ ਇਹਦਾ ਇਰਾਦਾ ਵਾ ਮੇਰਾ ਘਰ ਉੱਜਣ ਡਿਆ ਮੈਂ ਆਪਣੇ ਮੈਂ ਪਹਿਲੀ ਕਹਿਤਾ ਮੰਮੀ ਮੈਂ ਨਹੀਂ ਰਹਿਣਾ ਇੱਥੇ ਅੱਗੇ ਤਾਂ ਮੈਨੂੰ ਗੱਲਾਂ ਕਰਦੇ ਹੁਣ ਮੈਨੂੰ ਥੱਪੜ ਮਾਰਿਆ ਇਹਨਾਂ ਨੇ ਕੀ ਗੱਲ ਮੈਂ ਆ ਨਹੀਂ ਸਕਦੀ ਮੇਰਾ ਘਰ ਹੈ ਨਹੀਂ ਹੈ ਹੁਣ ਤੂੰ ਇਹ ਵੀ ਪੱਲਾ ਝਾੜ ਦੋ ਜੇ ਵਿਆਹ ਹੋ ਗਿਆ ਤਾਂ ਫਿਰ ਕੀ ਹੈ ਅੱਗੇ ਨਹੀਂ ਮੈਂ ਆਉਂਦੀ ਮੈਂ ਕਹਿਤਾ ਬਸ ਮੈਨੂੰ ਤਲਾਕ ਚਾਹੀਦਾ ਮੈਂ ਨਹੀਂ ਰਹਿਣਾ ਇੱਥੇ ਮੈਂ ਕਹਿਤਾ ਬਸ ਮੈਂ ਬੈਗ ਪੈਕ ਕਰ ਲਿਆ ਮੈਂ ਆਏ ਨਾ ਹੁਣ ਮੈਂ ਨਹੀਂ ਰਹਿਣਾ ਇੱਥੇ ਹੱਦ ਹੁੰਦੀ ਕਿ ਇਹ ਗੱਲ ਦੀ ਮੈਂ ਰਾਤ ਦੀ ਵੇਖਣ ਡਈ ਆ ਤੈਨੂੰ ਤੂੰ ਰੋਈ ਜਾਣ ਡਈ ਆ ਕਿਉਂ ਰੋਨੀ ਆ ਤੇ ਉਹ ਠੀਕ ਆ ਮੰਮੀ ਮੈਂ ਲੱਗੀ ਆਉਣ ਚੁੱਪ ਕਰ ਮੇਰੀ ਉਹ ਤੇ ਕਈ ਘਰਾਂ ਦੇ ਵਿੱਚ ਗੱਲਾਂ ਹੋ ਜਾਂਦੀਆਂ ਮੈਂ ਤੇਰੇ ਨਾਲ ਹਾਂ ਵੇਖ ਹੈ ਕਿਉਂ ਤੂੰ ਇਹੋ ਜਿਹੀਆਂ ਗੱਲਾਂ ਕਰਦੀ ਰਾਤ ਦੀ ਰੋਈ ਜਾਣ ਡਈ ਆ ਮੈਂ ਰਾਤ ਦੀ ਤੈਨੂੰ ਵੇਖਣ ਡਈ ਨਾ ਤੂੰ ਸੁੱਤੀ ਘੜੀ ਤੇ ਨਾ ਤੂੰ ਰਮਾਨ ਕੀਤਾ ਤੇ ਮੰਮੀ ਮੈਂ ਰੋਵਾਂ ਨਾ ਤੇ ਹੋਰ ਕੀ ਕਰਾਂ ਕੋਈ ਨੀ ਪੁੱਤ ਕਈ ਘਰਾਂ ਤੋਂ ਪੁੱਤ ਗੱਲਾਂ ਹੋ ਜਾਂਦੀਆਂ ਏਦਾਂ ਨੀ ਕਰੀ ਜਾ ਹੁੰਦਾ ਨਾ ਮੈਨੂੰ ਓਦਾਂ ਗੱਲ ਕਹਿ ਦਿੰਦੇ ਮੇਰੇ ਹੱਥ ਚੱਕਣ ਦੀ ਕੀ ਲੋੜ ਸੀ ਮੈਂ ਨੀ ਰਹਿਣਾ ਮੰਮੀ ਇੱਥੇ ਮੈਨੂੰ ਤਲਾਕ ਚਾਹੀਦਾ ਮੈਂ ਨਹੀਂ ਰਹਿਣਾ ਨਹੀਂ ਪੁੱਤ ਏਦਾਂ ਨੀ ਕਰੀਦਾ ਨਹੀਂ ਕਿਤੇ ਨੀ ਗਾ ਜਾਣਾ ਹੈਗਾ ਕਈ ਆਪੋ ਚੋਦੀ ਤੇ ਤੁਹਾਡੇ ਦੋਵਾਂ ਜੀਆਂ ਦੀ ਗੱਲ ਵਾ ਇਹ ਕਿਹੜੀ ਪੀ ਵਿੱਚ ਕੋਈ ਉਪਰਾ ਵਾ ਤੇ ਮੰਮੀ ਆਹ ਹੱਥ ਚੱਕਣ ਵਾਲੀ ਕਿਹੜੀ ਗੱਲ ਹੋਈ ਓਦਾਂ ਮੈਨੂੰ ਸਮਝਾ ਦਿੰਦੇ ਜੇ ਕੋਈ ਗੱਲ ਹੀ ਕੋਲ ਬਹਿ ਕੇ ਓਦਾਂ ਦੱਸ ਦਿੰਦੇ ਮੈਨੂੰ ਮੁੜ ਕੇ ਨਹੀਂ ਕਰਦਾ ਇਸ ਤਰ੍ਹਾਂ ਨਹੀਂ ਮੰਮੀ ਸਮਝਾਇਆ ਵੀ ਪਛਤਾਉਣ ਡਿਆ ਹੁਣ ਇਹ ਗੱਲ ਨੂੰ ਵੀ ਮੈਂ ਗੁੱਸੇ ਦੇ ਵਿੱਚ ਹੱਥ ਚੁੱਕਦਾ ਵਾ ਤੇ ਮੈਂ ਵੀ ਬਥੇਰੀ ਉਹਦੀ ਕੁੱਤੇ ਖਾਣੀ ਕੀਤੀ ਆ ਤੇ ਆਂਦਾ ਮੁੜ ਕੇ ਨੀ ਮੇਰੇ ਕੋਲ ਗਲਤੀ ਹੋ ਗਈ ਮੈਂ ਨੀ ਮੁੜ ਕੇ ਇਹ ਕੰਮ ਕਰਦਾ ਮੈਂ ਨੀ ਰਹਿਣਾ ਮੰਮੀ ਮੈਂ ਕਹਿੰਦਾ ਮੈਂ ਫੋਨ ਕਰਦਾ ਉਸ ਦਿਨ ਮੈਂ ਰਹਿਣਾ ਹੀ ਨਹੀਂ ਹੂੰ ਮੇਰੀ ਗੱਲ ਸੁਣ ਅੱਜ ਇੱਥੇ ਦੀਦੀ ਆ ਨਾ ਇਹਨੇ ਨਹੀਂ ਪਸੰਦ ਦੇਣਾ ਮੈਂ ਪਹਿਲਾਂ ਵੀ ਬੜੀ ਵਾਰੀ ਕਿਹਾ ਆ ਇਹਨੇ ਨਹੀਂ ਪਸੰਦ ਦੇਣਾ ਘਰ ਤੇ ਮੈਂ ਹੁਣ ਮੈਂ ਨਹੀਂ ਰਹਿਣਾ ਨਹੀਂ ਪੁੱਤ ਮੇਰੀ ਧੀ ਏਦਾਂ ਨਹੀਂ ਗਾ ਕਰਨਾ ਹੈਗਾ ਜੇ ਮੁੜ ਕੇ ਕਰੂਗਾ ਨਾ ਫੇਰ ਨੀ ਮੈਂ ਤੈਨੂੰ ਮੰਨਦੀ ਤੇ ਐਰਕਾਂ ਦੀ ਵਾਰੀ ਤੂੰ ਮੇਰੀ ਮੰਨ ਲਾ ਨਹੀਂ ਮੰਮੀ ਮੈਂ ਹੁਣ ਕਰ ਲਿਆ ਮੈਂ ਡਿਸੀਜਨ ਲੈ ਲਿਆ ਆ ਮੈਂ ਚਲ ਜਾਣਾ ਮੈਂ ਨਹੀਂ ਰਹਿਣਾ ਇੱਥੇ ਨਹੀਂ ਮਿਲਦੀ ਏਦਾਂ ਨਹੀਂ ਕਰਨਾ ਹੈਗਾ ਮੈਂ ਤੇਰੀ ਮੈਂ ਕੀਤਾ ਕੀ ਮਾੜਾ ਪਹਿਲਾਂ ਮੈਨੂੰ ਇੰਨਾ ਦੱਸੋ ਮੈਂ ਕੀ ਮਾੜਾ ਕੀਤਾ ਮਾੜਾ ਪੁੱਤ ਮੈਂ ਤਾਂ ਆਪ ਵੇਖਣ ਡਈ ਆ ਮੈਂ ਤਾਂ ਤੈਨੂੰ ਅੱਗੇ ਵੀ ਆਖਿਆ ਵਾ ਵੀ ਸ਼ਰੀਕ ਦੀ ਹਿੱਕ ਦੇ ਉੱਤੇ ਵੱਸੀ ਦਾ ਹੁੰਦਾ ਇਹ ਥੋੜਾ ਵਾ ਵੀ ਕੱਪੜੇ ਪਾਏ ਤਾਂ ਤੁਰ ਪਏ ਇਸ ਤਰ੍ਹਾਂ ਤਾਂ ਸਗੋਂ ਚੜ ਮੱਚਦੀ ਆ ਮੰਮੀ ਜਿੱਦਣ ਦੀ ਆਈ ਆ ਨਾ ਮੈਂ ਉਦਣ ਦੀ ਦੇਖਣੀ ਆ ਆ ਦਿਨ ਆਉਣਾ ਹੀ ਸੀਗਾ ਮੈਨੂੰ ਪਤਾ ਸੀ ਇਹ ਦਿਨ ਆਉਣਾ ਆ ਮੈਂ ਉਹਨੂੰ ਕਿੰਨਾ ਤੇਰੇ ਹੁੰਦਿਆਂ ਝਿੜਕਦੀ ਆ ਯਾਦ ਆਪ ਮੈਂ ਤੈਨੂੰ ਕਦੀ ਕੁਛ ਆਖਿਆ ਉਹਨੂੰ ਝਿੜਕਦੀ ਆ ਨਾ ਮੈਂ ਜਦੋਂ ਝਿੜਕਦੀ ਆ ਮੰਮੀ ਤੁਹਾਡੇ ਕਹਿਣ ਨੂੰ ਕੀ ਕਰਨਾ ਜਿਹਦੇ ਨਾਲ ਮੈਂ ਰਹਿਣਾ ਆ ਉਹਨੂੰ ਨੀ ਮੈਂ ਚੰਗੀ ਲੱਗਦੀ ਤੇ ਫੇਰ ਨਹੀਂ ਪੁੱਤ ਉਹ ਬੜਾ ਪਛਤਾਉਣ ਡਿਆ ਵਾ ਹੁਣ ਉਹਨੇ ਮੈਨੂੰ ਆਖਿਆ ਮੈਂ ਇਹਨੂੰ ਗੁੱਸੇ ਹੋਈ ਆ ਉਹਨੇ ਪੁੱਤ ਮੈਂ ਤੇਰੀ ਮੰਮੀ ਨਾਲ ਗੱਲ ਕਰੂੰਗੀ ਕੋਈ ਗੱਲ ਨੀ ਗੀ ਤੇ ਮੇਰੀ ਧੀ ਨਾ ਸਿਆਣੀ ਬਣ ਘੜੀ ਮੁੜੀ ਨੀ ਕੰਮ ਹੁੰਦੇ ਹੁੰਦੇ ਸ਼ਰੀਕ ਬਣ ਕੇ ਦੱਸਣ ਲੱਗਾ ਜੇ ਤੁਹਾਨੂੰ ਤੈਨੂੰ ਆਂਦਾ ਹੋਵੇ ਕੀ ਕਹਿ ਵਾ ਮੂੰਹ ਬੰਦ ਰੱਖੇਗਾ ਥੋੜਾ ਜਿਹਾ ਮੈਂ ਫੁੱਲਾਂ ਦੀ ਸੇਹ ਤੇ ਭਾਲੀ ਆ ਜੁੱਤੀਆਂ ਚਾਰ ਮਾਰੀਆਂ ਨਾ ਹਾਂ ਉਹ ਚੱਲ ਜੇ ਚੱਲਦੀ ਆ ਵਿੱਚ ਤੇ ਹਾਂ ਦਿਲ ਤੇਰਾ ਘੁੰਮੂ ਕੰਡਾ ਵੀ ਇਹਦੀ ਵੀ ਚੱਲ ਜੇ ਇਹ ਕਦੋਂ ਵਸਦਾ ਦਿੱਤੇ ਇਹ ਕਦੋਂ ਰੋਟੀਆਂ ਖਾਵੇ ਥਾਲੀ ਚ ਪਾ ਕੇ ਬੁਰਾ ਵਾ ਹਾਂ ਦੱਸਣ ਤਾਂ ਵੀ ਬੁਰਾ ਵਾ ਜੇ ਵੱਡਾ ਤੂੰ ਚਲਾ ਤੂੰ ਵੀ ਚੁੱਪ ਕਰ ਜਾ ਯਾਰ ਨੀ ਕਾਹਦਾ ਬਸਣਾ ਵਾ ਤੂੰ ਬੁੜੀਆਂ ਨੂੰ ਹੋਲੇ ਮੇਲੇ ਡੈ ਪਿੰਡੋਂ ਦੇ ਨਾਲ ਜਾ ਘਰ ਨੂੰ ਨੀ ਭਾਬੀ ਕਾਹਦਾ ਬਸਣ ਵਾ ਰੋਟੀ ਟਾਈਮ ਨਾਲ ਮਿਲਦੀ ਨਹੀਂ ਉਹਨੂੰ ਵਿਚਾਰੇ ਨੂੰ ਚੱਲ ਆ ਗੱਲ ਤੇ ਆਇਆ ਨਾ ਹਿੱਕ ਤੇ ਚੜ ਕੇ ਵਸੂਣ ਤੁਹਾਡੇ ਤੇ ਵੇਖਿਓ ਸਹੀ ਹੁਣ ਗਈ ਨਹੀਂ ਭਾਬੀ ਹੁਣ ਮੈਂ ਕਿਉਂ ਜਾਵਾਂ ਤੂੰ ਜਾ ਹਾ ਆਪਣੀ ਬੁੱਢੀ ਦੇ ਨਾਲ ਹੀ ਚੱਲ ਜਾ ਉਹ ਹੀ ਬੈਗ ਪੈਕ ਕਰਨੀ ਤੂੰ ਵੀ ਆਪਣਾ ਕਰ ਲੈ ਬੈਗ ਪੈਕ ਹਾਂ ਤੇਰਾ ਇਰਾਦਾ ਹੋਣਾ ਵੀ ਇਹਦਾ ਘਰ ਉੱਜੜ ਜੇ ਤੂੰ ਤੇ ਖੁਸ਼ ਹੋਣ ਡਿਆ ਹੁਣ ਅੰਦਰ ਅੰਦਰ ਰੋਟੀ ਪਕਾ ਕੇ ਦੇ ਵੀਰੇ ਨੂੰ ਚੱਲ ਆ ਆਹੋ ਉਹ ਮੈਨੂੰ ਤੂੰ ਭੁੱਲਿਆ ਰੋਟੀ ਖਾਣ ਵਾਲਾ ਮੇਰੇ ਕੋਲ ਖਾਲੀ
मैं चलनी हां ते मेनू छड़ के आओ। जा मैं किते जावा, मेनू छड़ के आओ। तो हट गया, मैं नहीं रहना इत्थे। ते जांदी नहीं यार, मैं क्या बस तू रमान करया कर, रमान कर गया। मैं किते जावा, तू छड़ के आओ मेनू। ते टाइम हैगा बसां दा यार, मैं क्यों बसां दी जावा? क्यों कहते हैं जिद्दा गड्डियां च लेके ही छड़ के आओ मेनू। इन ये ही गड्डी नंबर आ जांदा हो, एदे सदाई आ। तलाक दे देनी मैं, तलाक ते ले आओ मनप्रीत नूं।